dear students welcome ਅੱਜ ਦੀ ਮੇਰੀ ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਤਾਂ ਕਿ ਤੁਸੀਂ ਜਿਹੜੇ ਤੁਹਾਡੇ ਪੇਪਰ ਹੋਣੇ ਆ ਫਾਈਨਲ ਉਹਦੇ ਬਾਰੇ ਤੁਹਾਨੂੰ ਮੈਂ ਅਪਡੇਟ ਕਰ ਸਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੋ ਕੋਵਿਡ ਕਰਕੇ ਇਹ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਸਾਰੇ ਇਹਦੇ ਬਾਰੇ ਅਵੇਅਰ ਹੋ ਜਿਹੜੇ ਤੁਹਾਡੇ ਪੇਪਰ ਹੋਣੇ ਤੁਹਾਨੂੰ ਇਹਨਾਂ ਬਾਰੇ ਟੈਨਸ਼ਨ ਹੈ ਯੂਨੀਵਰਸਿਟੀ ਵੱਲੋਂ ਜਿਹੜੀ ਮੀਟਿੰਗ ਹੋਈ ਹੈ ਉਹ ਨਾਲ ਰਿਲੇਟਡ ਮੈਂ ਤੁਹਾਨੂੰ ਜਿਹੜੀ ਇਨਫਾਰਮੇਸ਼ਨ ਉਹ ਦੇਣ ਜਾ ਰਹੀ ਹਾਂ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਿਓ ਕਿਉਂਕਿ ਕਈ ਵਾਰ ਤੁਸੀਂ ਮੈਨੂੰ ਕਮੈਂਟ ਕਰੋਗੇ ਮੈਮ ਸਾਨੂੰ ਸਮਝ ਨਹੀਂ ਆਇਆ ਕੀ ਗੱਲ ਹੈਗੀ ਏ ਮੈਂ ਤੁਹਾਨੂੰ ਬਿਲਕੁਲ ਜਿਹੜੀ ਕਲੀਅਰ ਹੈ ਉਹ ਵਰਡਿੰਗ ਦੇ ਵਿੱਚ ਦੱਸ ਰਹੀ ਹਾਂ ਪੂਰਾ ਜਿਹੜਾ ਲੈਟਰ ਹੈ ਜੋ ਇਸ਼ੂ ਹੋਇਆ ਏ ਮੀਟਿੰਗ ਹੋਣ ਤੋਂ ਬਾਅਦ ਉਹੀ ਮੈਂ ਤੁਹਾਨੂੰ ਕਲੀਅਰ ਕਰ ਰਹੀ ਹਾਂ ਵਾਈਸ ਚਾਂਸਲਰ ਸਾਹਿਬ ਵੱਲੋਂ ਹੋਏ ਆਦੇਸ਼ਾਂ ਤੇ ਪੰਜਾਬ ਸਰਕਾਰ ਦੇ ਹੋਮ ਅਫੇਅਰ ਐਂਡ ਜਸਟਿਸ ਵਿਭਾਗ ਵੱਲੋਂ ਪੱਤਰ ਨੰਬਰ 756/2020 2H4 34 3334 ਮਿਤੀ 4/1/2020 ਰਹੀ ਰਾਜ ਵਿੱਚ ਕੋਵਿਡ-19 ਦੀਆਂ ਪਾਬੰਦੀਆਂ ਸੰਬੰਧੀ ਪ੍ਰਾਪਤ ਪੱਤਰ ਤੇ ਵਿਚਾਰ ਕਰਨ ਲਈ ਹੀਟ ਦਰਸਾਈ ਕਮੇਟੀ ਦੀ ਇਕੱਤਰਤਾ ਮਿਤੀ 5/1/2020 ਨੂੰ ਬਾਅਦ ਦੁਪਹਿਰ 4 ਵਜੇ ਡੀਨ ਅਕਾਦਮਿਕ ਮਾਮਲੇ ਦੇ ਦਫ਼ਤਰ ਵਿਖੇ ਹੋਈ ਜਿਸ ਵਿੱਚ ਨਿਮਨਲਿਖਤ ਮੈਂਬਰ ਹਾਜ਼ਰ ਹੋਏ ਤੇ ਜਿਹੜੇ ਕਮੇਟੀ ਮੈਂਬਰ ਸੀ ਉਹ ਹੈਗੇ ਨੇ ਡੀਨ ਅਕਾਦਮਿਕ ਮਾਮਲੇ ਦੇ ਚੇਅਰਮੈਨ ਕੰਟਰੋਲਰ ਪ੍ਰੀਖਿਆਵਾਂ ਰਜਿਸਟਰਾਰ ਡਾਇਰੈਕਟਰ ਯੋਜਨਾ ਤੇ ਨਰੀਖਣ ਸੀਨੀਅਰ ਮੈਡੀਕਲ ਆਫੀਸਰ ਕਮੇਟੀ ਵੱਲੋਂ ਹੱਥਲੇ ਮਾਮਲੇ ਤੇ ਵਿਚਾਰ ਕੀਤਾ ਅਤੇ ਇਹ ਫੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀਆਂ ਤੈਅ ਕੀਤੀਆਂ ਸਾਰੀਆਂ ਪ੍ਰੀਖਿਆਵਾਂ ਹਾਲ ਦੀ ਘੜੀ 15 1 2022 ਤੱਕ ਮੁਲਤਵੀ ਕੀਤੀਆਂ ਜਾਂਦੀਆਂ ਹਨ ਪ੍ਰੀਖਿਆਵਾਂ ਦੇ ਮੋਡ ਅਤੇ ਕਿਸ ਮਿਤੀ ਤੋਂ ਸ਼ੁਰੂ ਹੋਣੀਆਂ ਹਨ ਬਾਰੇ ਫੈਸਲਾ ਆਉਣ ਵਾਲੇ ਸਮੇਂ ਵਿੱਚ ਦੱਸਿਆ ਜਾਵੇਗਾ ਹੁਣ ਜਿਹੜੇ ਬੱਚਿਆਂ ਦੇ ਪ੍ਰੈਕਟੀਕਲ ਜਾਂ ਥਿਊਰੀ ਪੇਪਰ ਹੋਣੇ ਸੀ ਚਾਹੇ ਕਿਸੇ ਵੀ ਸੈਮੈਸਟਰ ਦੇ ਨਾਲ ਸੰਬੰਧਿਤ ਨੇ ਬੱਚੇ ਜਿਵੇਂ ਕਿ ਪਹਿਲਾ ਤੀਸਰਾ ਪੰਜਵਾਂ ਇਹ ਵਾਲੇ ਸੈਮੈਸਟਰ ਚੱਲ ਰਹੇ ਨੇ ਹੁਣ ਕਾਲਜਸ ਦੇ ਵਿੱਚ ਤਾਂ ਉਹਨਾਂ ਦੇ ਪੇਪਰ ਜਿਹੜੇ ਫਿਲਹਾਲ ਨੇ 15 ਜਨਵਰੀ ਤੱਕ ਬਿਲਕੁਲ ਸਟਾਰਟ ਨਹੀਂ ਹੋਣਗੇ ਮੀਨਜ਼ ਜਿਹੜੀਆਂ ਵੀ ਡੇਟਸ ਆਉਣਗੀਆਂ ਉਹ 17 ਜਨਵਰੀ ਤੋਂ ਜਿਹੜੀ ਅਪਡੇਟ ਐ ਉਹ ਤੁਹਾਨੂੰ ਮਿਲੇਗੀ ਤੇ ਉਹ ਦੇ ਅਕੋਰਡਿੰਗ ਹੀ ਤੁਹਾਡੀ ਜਿਹੜੀ ਡੇਟ ਸ਼ੀਟ ਐ ਉਹ ਆਏਗੀ ਤੇ ਹੁਣ ਤੁਹਾਨੂੰ ਲੱਗੇਗਾ ਪੇਪਰ ਤੁਹਾਡੇ ਆਫਲਾਈਨ ਜਾਂ ਆਨਲਾਈਨ ਇਹਦੇ ਬਾਰੇ ਹਾਲੇ ਯੂਨੀਵਰਸਿਟੀ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਤੇ ਜਿਉਂ-ਜਿਉਂ ਤੁਹਾਡੇ ਪੇਪਰ ਦੀਆਂ ਜਿਹੜੀਆਂ ਡੇਟ ਸ਼ੀਟਸ ਨੇ ਅਪਲੋਡ ਹੋਣਗੀਆਂ ਉਹਦੇ ਅਕੋਰਡਿੰਗ ਨਾਲ ਦੀ ਨਾਲ ਤੁਹਾਨੂੰ ਜਿਹੜਾ ਪੇਪਰ ਹੋਣ ਦਾ ਮੋਡ ਐ ਆਨਲਾਈਨ ਜਾਂ ਆਫਲਾਈਨ ਉਹ ਵੀ ਦੱਸ ਦਿੱਤਾ ਜਾਏਗਾ ਤੇ ਮੇਰੀ ਇਹ ਸਲਾਹ ਐ ਤੁਹਾਨੂੰ ਕਿ ਤੁਸੀਂ ਆਪਣੇ ਜਿਹੜੇ ਪੇਪਰ ਨੇ ਉਹਨਾਂ ਦੀ ਵਧੀਆ ਤਰੀਕੇ ਨਾਲ ਜਿਹੜੀ ਤਿਆਰੀ ਐ ਉਹ ਕਰਦੇ ਰਹੋ ਤੇ ਤਾਜ਼ਾ ਅਪਡੇਟ ਦੇ ਲਈ ਮੇਰੇ ਨਾਲ ਜੁੜੇ ਰਹੋ ਥੈਂਕਸ ਫॉर ਵਾਚਿੰਗ